ਡੇਰਾ ਬਸੀ ਦਾ ਵਿਧਾਇਕ ਸਾਹਿਬ ਸਾਡੇ ਨਾਲ ਮੌਜੂਦ ਨੇ ਵੱਡਾ ਰੋਡ ਸ਼ੋਅ ਹੋਣ ਜਾ ਰਿਹਾ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਇਹ ਰੋਡ ਜਿਹੜਾ ਆਦਮਪੁਰ ਤੋਂ ਸ਼ੁਰੂ ਕਰਨ ਜਾ ਰਹੇ ਨੇ ਸਰ ਕੀ ਲੱਗਦਾ ਹੈ ਇਸ ਵਾਰ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਦਾ ਕਮਾਲ ਉਖਾਵੇਗੀ ਛੋਟੇ ਵੀਰ ਮੈਂ ਮੇਰੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਜਿਹੜਾ ਜਲੰਧਰ ਲੋਕ ਸਭਾ ਦੇ ਇਲੈਕਸ਼ਨ ਜਿਹੜਾ ਬਿਗਲ ਬਚਾਇਆ ਉਹ ਛੋਟੇ ਵੀਰ 100% ਜਿੱਤਾਂਗੇ ਬਹੁਤ ਵੱਡੇ ਮਾਰਜਨ ਨਾਲ ਜਿੱਤਾਂਗੇ ਮੇਰਾ ਹਲਕਾ ਡੇਰਾ ਬਸੀ ਮੈਂ ਉੱਥੋਂ MLA ਹੈਗਾ ਔਰ ਮੈਂ ਮੇਰੇ ਪਾਰਟੀ ਵੱਲੋਂ ਮੈਸੇਜ ਲੱਗਿਆ ਸੀ ਭਾਈ ਤੁਸੀਂ 100-150 ਗੱਡੀ ਲੈ ਕੇ ਆਇਓ ਲੋਕਾਂ ਨੇ ਵਹੀਰਾਂ ਕੱਤ ਲਈਆਂ ਛੋਟੇ ਵੀਰ ਇੱਥੇ ਪਹੁੰਚਣ ਤੱਕ ਹੀ ਸਾਨੂੰ ਜਲੰਧਰ ਤੋਂ 1.5 ਘੰਟਾ ਲੱਗ ਗਿਆ ਹਾਲਾਤ ਇਹ ਨੇ ਕਿ ਪੰਜਾਬ ਦੇ ਲੋਕ ਇਹਨਾਂ ਜ਼ਾਲਮ ਸਰਕਾਰਾਂ ਤੋਂ ਇਹ BJP ਤੋਂ ਕਾਂਗਰਸ ਤੋਂ ਅਕਾਲੀਆਂ ਤੋਂ ਦੁਖੀ ਹੋ ਕੇ ਲੋਕਾਂ ਕੋਲ ਇੱਕੋ ਬਦਲਾਅ ਬਚਿਆ ਸੀਗਾ ਆਮ ਆਦਮੀ ਪਾਰਟੀ ਦਾ ਵਿਕਲਪ ਇਸ ਵਾਰ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਉਸ ਹਿਸਾਬ ਨਾਲ ਲੋਕ ਭਗਵੰਤ ਮਾਨ ਦੀ ਜਿਹੜੀ ਸੰਗਰੂਰ ਸੀਟ ਖਾਲੀ ਹੋਈ ਸੀ ਉਸ ਤੋਂ ਬਾਅਦ ਜਲੰਧਰ ਸੀਟ ਜਿਹੜੀ ਹੈ ਇਹ ਭਗਵੰਤ ਮਾਨ ਦੇ ਤੋਂ ਜਿੱਤ ਕੇ ਜਿਹੜਾ ਜਲੰਧਰ ਅਤੇ ਕੇਜਰੀਵਾਲ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਉਣ ਤੱਕ ਦਾ ਸਫ਼ਰ ਤੈਅ ਕਰੇਗੀ ਲੋਕ ਕਹਿੰਦੇ ਕਿ ਜਿਹੜੀ ਬਦਲਾਅ ਲੋਕਾਂ ਨੂੰ ਕਹਿੰਦੇ ਪਸੰਦ ਨਹੀਂ ਆਇਆ ਤੁਸੀਂ ਕਹਿੰਦੇ ਬਦਲਾਅ ਲੋਕਾਂ ਨੂੰ ਪਸੰਦ ਬਹੁਤ ਆਇਆ ਛੋਟੇ ਵੀਰ ਮੈਂ 50 ਗੱਡੀਆਂ ਨੂੰ ਕਿਹਾ ਸੀਗਾ 200 ਕਾਰ ਮੇਰੇ ਨਾਲ ਕੀ ਬਦਲਾਅ ਦੇ ਕਾਰਨ ਹੀ ਆਈ ਹੈ ਜੇ ਲੋਕ ਖੁਸ਼ ਹੈ ਤਾਂ ਹੀ ਆਈ ਹੈ ਮੈਂ ਸਿਰਫ ਕਿਹਾ ਸੀ ਯਾਰ ਬਹੁਤ ਦੂਰ ਹੈ ਘੱਟੋ ਘੱਟ 100-150-200 ਬੰਦਾ ਚਲੇ ਚਲੋ ਮੇਰਾ ਖਿਆਲ 800-900 ਬੰਦਾ ਬਾਹਰ ਮੇਰੇ ਨਾਲ ਆ ਗਿਆ ਜੇ ਕੰਮ ਕੀਤੇ ਤਾਂ ਹੀ ਹੈ ਨਾ ਜੇ ਮਾਨ ਸਾਹਿਬ ਨੇ ਕੰਮ ਕੀਤੇ ਪੰਜਾਬ ਦੇ ਤਾਂ ਲੋਕ ਆਏ ਆ ਬਦਲਾਅ ਨੂੰ ਦੇਖ ਕੇ ਲੋਕ ਆਏ ਲੱਗਦਾ ਅੱਜ ਦਾ ਰੋਡ ਸ਼ੋਅ ਵਿਰੋਧੀਆਂ ਨੂੰ ਜਵਾਬ ਦੇ ਦੇਗਾ ਅੱਜ ਵਿਰੋਧੀਆਂ ਦੇ ਹੋਸ਼ ਉੱਡ ਜਾਣਗੇ ਜਿਹੜੇ ਮਾੜੇ ਮੋਟੇ ਵੈਂਟੀਲੇਟਰ ਤੇ ਸੀ ਵੈਂਟੀਲੇਟਰ ਵੀ ਬੰਦ ਹੋ ਜਾਊਗਾ ਇਹਨਾਂ ਦਾ ਕੰਪੀਟੀਸ਼ਨ ਕਿਤੇ ਨਾ ਮੰਨਦੇ ਹੋ ਸਾਰੀ ਪਾਰਟੀਆਂ ਬਣਾ ਰਹੇ ਵੀਰ ਮੈਂ ਤੁਹਾਡੇ ਦੈਨਿਕ ਸਵੇਰਾ ਚੈਨਲ ਦੇ ਥਰੂ ਕਹਿਣਾ ਚਾਹਨਾ ਮੈਦਾਨ 'ਚ ਹੀ ਹੈ ਨਹੀਂ ਕੋਈ ਮੈਦਾਨ ਸਾਫ਼ ਹੋ ਗਿਆ ਸਿਰਫ ਆਮ ਆਦਮੀ ਪਾਰਟੀ ਮੈਦਾਨ 'ਚ ਬਾਕੀ ਦਾ ਵਿਚਾਰੇ ਕੀ ਆ ਮਗਰਮੱਛ ਦੇ ਅੰਜੂ ਹੈ ਅੱਖਾਂ ਘੁੱਟ ਘੁੱਟ ਕੇ ਅੱਖਾਂ ਸਜਾ ਲਈਏ ਰੋਂਦੇ ਫਿਰਦੇ ਆ ਰੋ ਰੋ ਕੇ ਵੋਟਾਂ ਥੋੜ੍ਹਾ ਮਿਲਦੀਆਂ ਕੰਮ ਕਰਕੇ ਰੋ ਵੋਟਾਂ ਮਿਲਦੀਆਂ ਤੁਸੀਂ ਅਕਾਲੀਆਂ ਦਾ ਹਾਲ ਦੇਖ ਲਓ ਕਾਂਗਰਸ ਦਾ ਹਾਲ ਦੇਖ ਲਓ ਉਹ ਵਿਧਾਨ ਸਭਾ ਜਾ ਕੇ ਦੇਖੋ ਇੰਨੇ ਕੁ ਬੈਠੇ ਆ ਉੱਥੇ ਉਹ ਵੀ ਫਰਾਕਾਂ ਪਾ ਕੇ ਪਿੱਟ ਸਿਆਪਾ ਕਰਦੇ ਆ ਬਾਹਰ ਲਾਈਵ ਦੇਖਦੇ ਹੋ ਤੁਸੀਂ ਛੋਟੇ ਤੁਹਾਡੇ ਆ ਚੈਨਲ ਲਾਈਵ ਚਲਾਉਂਦੇ ਜਲੰਧਰ ਵਾਸੀਆਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਮੈਂ ਜਲੰਧਰ ਵਾਸੀਆਂ ਨੂੰ ਅਪੀਲ ਕਰਾਂਗਾ ਔਰ ਖਾਸ ਕਰ ਭੋਗਪੁਰ ਵਾਸੀਆਂ ਨੂੰ ਜਿੱਥੇ ਮੇਰੀ ਆਦਮਪੁਰ ਡਿਊਟੀ ਲੱਗੀ ਹੈ ਹਲਕੇ ਵਾਲਿਓ ਤੁਹਾਡੇ ਕੋਲ ਹੱਥ ਜੋੜ ਕੇ ਅਪੀਲ ਕਰਨ ਆਏ ਅਸੀਂ ਦੇਖਿਓ ਕਿਤੇ ਗਲਤੀ ਨਾ ਕਰ ਬੈਠਿਓ ਕਿਉਂਕਿ ਚਾਰ ਸਭਾ ਚਾਲਸਾ ਸਰਕਾਰ ਦੇ ਆ ਅਸੀਂ ਲੋਕ ਤੁਹਾਡੇ ਨਾਲ ਵਚਨਬੱਧਤਾ ਕੀ ਹੈ ਇਕੱਲੀ ਇਕੱਲੀ ਗਰੰਟੀ ਥੋੜ੍ਹੀ ਪੂਰੀ ਕੀਤੀ ਆ ਬਿਜਲੀ ਤੋਂ ਪਾਣੀ ਤੋਂ ਲੈ ਕੇ ਨੌਕਰੀਆਂ ਤੋਂ ਲੈ ਕੇ ਮੇਰੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਜੋ ਮੂੰਹ 'ਚੋਂ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਆਓ ਆ ਕੇ ਸਾਰੇ ਪੰਜਾਬ ਨੂੰ ਰੰਗੜਾ ਪੰਜਾਬ ਬਣਾਉਣ ਵਾਸਤੇ ਆਪਣੀ ਹੋਤੀ ਪਾਈ ਆਖਰੀ ਸਵਾਲ ਹੈ ਲੋਕ ਉਦਾਹਰਣ ਦੇ ਰਹੇ ਆ ਕਹਿੰਦੇ ਕਿ ਸੰਗਰੂਰ ਵਿੱਚ ਵੀ ਲੜਾਈ ਹੋਈ ਸੀ ਕਹਿੰਦੇ ਇਸ ਸੀਟ ਤੇ ਵੀ ਐ ਹੋ ਸਕਦੀ ਹੈ ਛੋਟੇ ਵੀਰ ਮੈਂ ਤੁਹਾਨੂੰ ਇੱਕੇ ਬੇਨਤੀ ਕਰਨਾ ਚਾਹੁੰਦਾ ਜੇ ਰਾਜਨੀਤੀ ਦੀ ਗੱਲ ਨਾ ਕਰੀਏ ਤਾਂ ਪੰਜਾਬ ਦੇ ਲੋਕ ਭਲੀ ਭਾਂਤੀ ਜਾਣਦੇ ਆ ਉਹਨਾਂ ਨੇ 92 MLA ਚੁਣੇ ਆ ਅਗਰ ਕਿਤੇ ਨਾ ਕਿਤੇ ਸਾਡੀਆਂ ਗਲਤੀਆਂ ਕਰਕੇ ਆਪਾਂ ਪਛੜ ਗਏ ਹੋਵਾਂਗੇ ਅਸੀਂ ਕੰਪੇਨ ਨਹੀਂ ਕਰ ਪਏ ਹੋਵਾਂਗੇ ਜਾਂ ਆਪਣੀ ਕਾਰਗੁਜ਼ਾਰੀ ਲੋਕਾਂ ਤੱਕ ਨਹੀਂ ਪਹੁੰਚਾ ਹੋਵਾਂਗੇ ਲੇਕਿਨ ਸਾਡੇ 1 ਸਾਲ ਦਾ ਲੇਖਾ ਜੋਖੇ ਦਾ ਇਤਿਹਾਸ ਔਰ ਉਹਦਾ ਜਿਹੜਾ ਰਿਜ਼ਲਟ ਹੈ ਜਲੰਧਰ ਦੇ ਲੋਕੀ ਦੇਣਗੇ ਉਸ ਚੀਜ਼ ਤੇ ਰਿਵਿਊ ਕੀਤਾ ਪਾਰਟੀ ਨੇ ਰਿਵਿਊ ਕੀਤਾ ਉਸ ਚੀਜ਼ ਤੇ ਆ ਰਿਵਿਊ ਦਾ ਰਿਜ਼ਲਟ ਹੈ ਦੇਖੋ ਆ ਰਿਵਿਊ ਦੇਖੋ ਤੁਸੀਂ ਚਾਰ ਚਫੇਰੇ ਲੋਕਾਂ ਦਾ ਮੇਲਾ ਲੋਕਾਂ ਦਾ ਜੁੰਬਰੀਓ ਥੈਂਕ ਯੂ ਵੈਰੀ ਮਚ ਤਾਂ ਵਿਧਾਇਕ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਪੂਰੇ ਠੋਕ ਵਜਾ ਕੇ ਇਹਨਾਂ ਨੇ ਕਿਹਾ ਕਿ ਜਿਹੜੀ ਸੀਟ ਹੈਗੀ ਹੈ ਇਹ ਆਮ ਆਦਮੀ ਪਾਰਟੀ ਕੱਢ ਰਹੀ ਹੈ ਫਿਲਹਾਲ ਵੇਖਦੇ ਆ ਕਿ ਸੀਟ ਤੇ ਜਿਹੜਾ ਹੈਗਾ ਲੋਕ ਕਿਸ ਨੂੰ ਆਪਣਾ ਮਤ ਦਿੰਦੇ ਨੇ ਅਤੇ ਜਲੰਧਰ ਦੀ ਜਿਮਨੀ ਚੋਣ ਹੈ ਇਸ ਵਿੱਚ ਕਿਹੜੀ ਪਾਰਟੀ ਆਪਣਾ ਪਰਚਮ ਲਹਿਰਾ ਪਾਵੇਗੀ ਜਲੰਧਰ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ TV